ਔਰ ਸਨਮਾਨ ਦੇ ਨਾਲ ਵੀ ਬਿਲਕੁਲ ਨਵੀਂ ਕੁਸ਼ਤੀ ਔਰ ਪਹਿਲੀ ਕੁਸ਼ਤੀ ਹੈ। ਇੱਕ ਪਾਸੇ ਚੜ੍ਹਦੀ ਜਿਹੀ ਉਮਰ ਹੈ, ਬਿਲਕੁਲ ਨਵੀਂ ਉਮਰ ਤੇ ਸਲਮਾਨ ਖਾਨ ਭਾਈ ਤਾਲੀਆਂ ਮਾਰ ਦੇ। ਇਹ ਚੈਨ ਸਿੰਘ ਰਿਆਸੀ ਰਿਆਸੀ ਜ਼ਿਲ੍ਹੇ ਦਾ ਬੱਬਰ ਸ਼ੇਰ ਪਹਿਲਵਾਨ ਹੈ ਭਾਈ ਕੁਲਵੀਰ ਕੋਟ ਬਲਵਾਲ। ਅਨਿਲ ਮਾਰ ਇਹਨਾਂ ਨੂੰ ਬਾਜ, ਕੁਲਵੀਰ ਦੇ ਮਾਨਸੈਨ, ਮਾਨਸੈਨ ਦੇ ਜੁਬਰਾਜ, ਨਾਦਰ ਦੇ ਜਰਨੈਲ, ਬਲਜੀਤ ਦੇ ਅਨਿਲ। ਪਹਿਲਵਾਨ ਬਾਹਰ 2-2 ਕਿਲੋਮੀਟਰ ਜਾ ਕੇ ਬੈਠੇ ਹੈ, 100-100 ਬਾਜਾਂ ਮਾਰੀਆਂ ਭਾਈ। ਅਖਾੜਾ ਕਾਲਕਾ ਮੰਦਰ ਮਦਨ ਸਿੰਘ ਪਹਿਲਵਾਨ, ਅਖਾੜਾ ਰੋਡ ਦਮੇਲ। ਬੜਾ ਵਧੀਆ ਮੁਕਾਬਲਾ ਚੱਲਦਾ ਹੋਇਆ ਸਲਮਾਨ ਪਹਿਲਵਾਨ ਉਦੈਪੁਰ ਅਖਾੜਾ ਰਾਉਂਡ ਮੈਨ ਤੇ ਸੁਨੀਲ ਪਹਿਲਵਾਨ ਕੋਟ ਬਣਾਉਣ ਪੱਠਾ ਏਅਰਟੈਲ ਗੋ ਸਾਹਿਬ ਦਾ ਜਾ ਕੇ ਏਅਰਟੈਲ ਗੋ ਸਾਹਿਬ ਨੇ ਬੜੀ ਭਾਈ ਮਾਨਸੈਨ ਦੇ ਮਦਨ ਪੁੱਜ ਗਏ, ਕਰਬੀਰ ਦੇ ਜਰਨੈਲ ਵੀ ਪੁੱਜੋ। ਭਾਈ ਕੁਲਵੀਰ ਟੋਲੀ 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 ਭਾਈ ਕੁਲਵੀਰ ਦੇ ਜਰਨੈਲ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਨੇ, ਬਲਜੀਤ ਡੇਰਾ ਬਾਬਾ ਨਾਨਕਾ ਨੀਲ ਰਿਆਸੀ, ਮਾਨਸੈਨ ਦਮੇਲ ਜੁਬਰਾਜ ਜਮੋ। ਆਖਿਆ ਆਖਿਆ ਮੇਰਾ ਇਹਦੇ ਸਾਹਮਣੇ ਆਖਿਆ, ਉਹ ਇੱਕ ਕਰਾਈਨ ਸਾ ਧੱਕੇ ਕਿ ਨਹੀਂ ਕਰਾਈਨ ਸਾ ਨਹੀਂ ਪਿੱਛ ਪੁੱਛ ਕੁਸ਼ਤੀ ਲਵਾਉਣਾ ਮੇਰਾ ਕੰਮ ਹੈ, ਮਾਨਸੈਨ ਦਮੇਲ ਦੇ ਮਦਨ ਰਿਆਸੀ ਮੇਰਾ ਇਹੋ ਕੰਮ ਹੈ ਮੁੰਡੂ। ਜੇ ਦੂਜਾ ਨਹੀਂ ਪੁੱਜਿਆ ਕੁਸ਼ਤੀ ਉੱਥੇ ਕਰਾ ਦੇਵਾਂਗੇ। ਭਾਈ ਕੁਲਵੀਰ, ਭਾਈ ਕੁਲਵੀਰ ਦੇ ਜਰਨੈਲ ਪੁੱਜਣ, ਮਾਨਸੈਨ ਦੇ ਮਦਨ ਪੁੱਜਣ, ਅਖਾੜਾ ਬਿਲਕੁਲ ਖਾਲੀ ਹੈ, ਲੋਕਾਂ ਨੇ ਦੂਰ ਦੂਰ ਜਾਣਾ ਹੈ। ਅਨਿਲ ਭਾਈ ਬਲਜੀਤ, ਅਨਿਲ ਪਹਿਲਵਾਨ ਰਿਆਸੀ, ਬਲਜੀਤ ਡੇਰੇ ਬਾਬਾ ਨਾਨਕ। ਭਾਈ ਜਿਹੜੇ ਨਹੀਂ ਖੇਡਦੇ ਉਹਨਾਂ ਦੀਆਂ ਕੁਸ਼ਤੀਆਂ ਕੈਸਲ ਨੇ ਵੱਡੀ ਕੁਸ਼ਤੀ ਵਾਲੇ ਆ ਜਾਓ, ਨਸਾਰ ਜਿੱਥੇ ਵੀ ਬੈਸ ਹੁੰਦਾ ਜਲਦੀ ਆ ਜਾਓ ਖੜੇ ਵਿੱਚ, ਨਸਾਰ ਡੋਡਾ ਬੱਬਾ ਕੋਟ ਬਣਵਾਲ, ਇਹ ਦੋਨੇ ਪਹਿਲਵਾਨ ਜਲਦੀ ਪੁੱਜੋ ਖੜੇ ਵਿੱਚ। ਟੋਨੀ ਸ਼ਾਹ ਜੀ ਵੀ ਪੁੱਜੇ ਹੈ ਔਰ ਰਿਆਸੀ ਵਾਲੇ ਵੱਡਾ ਧੰਨਵਾਦ ਕਰਦੇ ਹੈ, ਮੇਰੀ ਆਵਾਜ਼ ਸੁਣਦੇ ਇੱਧਰ ਆ ਜਾਓ ਥੱਲੇ ਖਾੜੇ ਵਿੱਚ, ਇੱਧਰ ਆ ਕੇ ਬੈਠੇ ਆਰਾਮ ਨਾਲ। ਹਾਂ, ਵਾਕਿਆ ਕੁਸ਼ਤੀ ਨੂੰ ਬੜਾ ਪਿਆਰ ਕਰਦੇ ਹੈ, ਵਾਕਿਆ ਵੱਡੇ ਦੰਗਲਾਂ ਵਿੱਚ ਹਰ ਜਗ੍ਹਾ ਪਹੁੰਚਦੇ ਜਿੰਨੇ ਵੀ ਦਰਸ਼ਕ ਸਾਡੇ ਗ੍ਰਾਮ ਰੋਡ ਰਿਆਸੀ
ਰੱਬ ਕਟਰਾ ਪੂਰੇ ਸਾਡੇ ਡਿਸਟ੍ਰਿਕਟ ਰਿਆਸੀ ਜਿਹੜਾ ਅੱਜ ਪੁੱਜਿਆ ਹੋਇਆ ਜੰਮੂ ਪੂਰੀ ਦੁਨੀਆ ਚ ਸੂਜਰਦਾਰ ਜਿੱਥੇ ਮੇਰੀ ਆਵਾਜ਼ ਸੁਣਦਾ ਖੜਿਆ ਪੁੱਜੇ ਅਕਲ ਵੀ ਰਾਹ ਵਿੱਚ ਆਹੀ ਆ ਜਰਨੈਲ ਜਰਨੈਲ ਰਿਆਸੀ ਜਲਦੀ ਆਓ ਅਨਿਲ ਰਿਆਸੀ ਤੇ ਬਲਜੀਤ ਡੇਰਾ ਬਾਬਾ ਨਾਨਕ ਇਹ ਵੀ ਪਹਿਲ ਚੱਲਦੀ ਹੈ ਕੁਸ਼ਤੀ ਮੈਦਾਨ ਦੇ ਵਿੱਚ ਸ਼ਾਬਾਸ਼ ਤੇ ਅਮਿਤ ਪਹਿਲਵਾਨ ਆਰ ਐਸ ਪੁਰਾ ਬਾਈ ਤਾੜੀਆਂ ਲਾਵੋ ਜ਼ੋਰਦਾਰ ਦਰਸ਼ਕੋ ਚਲੋ ਵੀ ਚਲੋ ਦੋ ਮੁਕਾਬਲੇ ਮੈਦਾਨ ਦੇ ਵਿੱਚ ਚੱਲਦੇ ਸੁਨੀਲ ਤੇ ਸਲਮਾਨ ਉਹਦੇ ਉੱਪਰ ਰੋਣ ਦੇ ਮੇਲ ਰਾਤੇ ਦੇਖਾਂਗੇ ਕਿਹੜਾ ਜਿੱਤਦਾ ਕਿਹੜਾ ਹਾਰਦਾ ਪਾਤਾ ਸਮੇਂ ਦੀ ਬਲਜੀਤ ਆਓ ਜਲਦੀ ਦੋ ਨੰਬਰ ਦੀ ਗੱਡੀ ਲਿਆ ਦੇਣੀ ਅਸੀਂ ਨਾਲ ਆਓ ਜਲਦੀ ਆਓ ਬਲਜੀਤ ਅਨਿਲ ਨਸਾਰ ਤੇ ਬੱਬਾ ਭਾਈ ਨਸਾਰ ਜਲਦੀ ਆਓ ਬਾਹਰ ਵਿੱਚ 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 ਬਾਹਰ ਨੀ ਜਾਣਾ ਚੜ ਗਏ ਨੇ ਪੈਰ ਬਣ ਵਿੱਚ ਬਿਸਲ ਮਾਰ ਕਰਤਾਰ ਜੀ ਬਿਸਲ ਮਾਰ ਕੇ ਛਾ ਕੇ ਸੈਂਟਰ ਵਿੱਚ ਆ ਕੁਲਵੀਰ ਆ ਜਾਓ ਸਲਵਾਨ ਬਾਹਰ ਨਹੀਂ ਜਾਣਾ ਕਿਉਂਕਿ ਗੱਡੀਆਂ ਕੁਸ਼ਤੀਆਂ ਨੇ ਪਹਿਲਵਾਨੋ ਤੈਅ ਕਰੋ ਆ ਜਾ ਮਾਮ ਹਾਰਾ ਜਿੱਤਾ ਲੜ ਜਿੱਤ ਦਾ ਫੈਸਲਾ ਇਸ ਪਰਮਾਤਮਾ ਦੇ ਹੱਥ ਵਿੱਚ ਆਰਸਪੁਰਾ ਦਾ ਪਹਿਲਵਾਨ ਇੱਕ ਵਾਰੀ ਤਾੜੀਆਂ ਮਾਰੋ ਪਹਿਲੀ ਵਾਰ ਤੁਹਾਡੇ ਇਲਾਕੇ ਦੇ ਵਿੱਚ ਪੁੱਜਿਆ ਦੂਸਰੀ ਸਾਈਡ ਕੁਲਵੀਰ ਪਹਿਲਵਾਨ ਕੋਟਪਲਵਾਲ ਜੰਮੂ ਭਾਈ ਤਾੜੀਆਂ ਮਾਰਦੇ ਬੜੀ ਵਧੀਆ ਕੁਸ਼ਤੀ ਹੈ ਆਇਟਲ ਇੱਕ ਰਾ ਪੁਆਇੰਟ ਤੇ ਭਾਈ ਪਹਿਲਵਾਨ ਅੰਦਰ ਅੰਦਰ ਘੁੰਮੋ ਸਲਮਾਨ ਅੰਦਰ ਘੁੰਮੋ ਕੋਈ ਬਿਸਲ ਨਹੀਂ ਬਹੀ ਢੋਲੇ ਨਹੀਂ ਪੈਣਾ ਅਨਿਲ ਭਾਈ ਤੁਹਾਨੂੰ ਪਹਿਲਵਾਨ ਨੋਟ ਕਰਦੇ ਸਾਰੀ ਦੁਨੀਆ ਦੇਖਦੀ ਹੈ ਨਾ ਪਤਾ ਦਰਸ਼ਕ ਕੱਲੀ ਕੱਲੀ ਨਜ਼ਰ ਜਿਹੜੀ ਪਹਿਲਵਾਨ ਦੇ ਹੈ ਤੇ ਪਹਿਲਵਾਨ ਜੇ ਤੁਸੀਂ ਗਲਤ ਲੜਦੇ ਸਾਰੇ ਦਰਸ਼ਕ ਤੁਹਾਨੂੰ ਪਸੰਦ ਕਰਦੇ ਤਾਂ ਨੀਂਦ ਦੂਰ ਆਉਂਦੇ ਤੇ ਇਸ ਲਈ ਧਿਆਨ ਦਿਆ ਕਰੋ ਪਹਿਲਵਾਨ ਜੇ ਤੁਸੀਂ ਲੜਾਈ ਕਰਦੇ ਹੋ ਨਾ ਤੇ ਦੁਨੀਆ ਦੀ ਨਜ਼ਰ ਦੇ ਵਿੱਚ ਤੁਸੀਂ ਪਹਿਲਵਾਨ ਨਹੀਂ ਮੰਨੇ ਜਾਂਦੇ ਇਸੇ ਲਈ ਪਿਆਰ ਨਾਲ ਦਾ ਮਾਰੋ ਚਲੋ ਚਲੋ ਵਿੱਚ ਆ ਜਾਓ ਵਿੱਚ
ਦੋਨੇ ਪਹਿਲਵਾਨਾਂ ਨੇ ਮਾਰਨੀ ਹੈ, ਸੁਨੀਲ ਤੇ ਸਲਮਾਨ ਮਾਰੋ ਖੁੱਲ ਕੇ ਦਾਬੇ ਦੇ ਲਾ ਜੋਰ ਹਾਰ ਜੋ ਉਸ ਪਰਮਾਤਮਾ ਦੇ ਹੱਥ ਵਿੱਚ। ਭਾਈ ਕੁਲਵੀਰ ਦੇ ਮਾਮ ਕੁਸ਼ਤੀ ਸ਼ੁਰੂ ਕਰੋ, ਕੁਸ਼ਤੀ ਦਿਖਾਓ, ਆਵਾਮ ਦਾ ਮਨ ਖੁਸ਼ ਕਰੋ। ਲਾ ਜੀ ਕਹਿੰਦਾ ਜਿੱਤਣ ਜਿੱਤਣ ਹਰ ਕੋਈ ਕਹਿੰਦਾ, ਤੂੰ ਮਨ ਹਾਰਨ ਖੇਡ ਫਕੀਰਾ, ਉਹ ਜਿੱਤਣ ਦਾ ਮੁੱਲ ਕੌਡੀ ਪੈਂਦਾ, ਹਾਰਨ ਦਾ ਮੁੱਲ ਹੀਰਾ। ਵਾਕੇ ਜਿਹੜੇ ਹਾਰ ਹਾਰ ਕੇ ਜਿਹੜੇ ਹਾਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਜਿੱਤ ਦਾ ਜਿਹੜਾ ਅਸਲੀ ਜਿਹੜਾ ਮਜ਼ਾ ਕੀ ਹੁੰਦਾ ਹੈ। ਵਾਕੇ ਜਿਹੜਾ ਜਿੱਤਦਾ ਬਲਜੀਤ, ਹਾਂ ਹੁਣ ਨਾਲ ਤੁਹਾਡੀ ਕੁਸ਼ਤੀ ਹੈ। ਚਲੋ ਪੁਆਇੰਟ ਕਿੰਨਾ ਟਾਈਮ ਹੋਇਆ ਕੁਸ਼ਤੀ ਦਾ? ਓਕੇ ਟਾਈਮ ਤਰਾ ਪੁਆਇੰਟ। ਅਨਿਲ ਬਾਈ, ਅਨਿਲ ਤੇ ਬਲਜੀਤ ਜਲਦੀ ਤਿਆਰ ਹੋ ਅਗਲੀ ਕੁਸ਼ਤੀ ਲਈ। ਅਨਿਲ ਤੇ ਬਲਜੀਤ ਦੋਨੇ ਪਹਿਲਵਾਨ ਆਪਣੀ ਤਿਆਰੀ ਕਰੋ। ਭਾਈ ਜਬਰਾਜ ਮਰਜਾਲੀ ਦੇ ਮਾਨ ਸਿੰਘ ਦਮੇਲ ਤਾੜੀਆਂ ਲਾ ਇੱਕ ਵਾਰੀ ਜ਼ੋਰਦਾਰ। ਸੁਨੀਲ ਨਾਲ ਉੱਧਰ ਜਿਹੜਾ ਕਿ ਅਮਿਤ ਤਾਰ ਸਪਰੇ ਪੁਆਇੰਟ ਦੇ ਤਾਰ ਦੇ ਕੁਸ਼ਤੀ ਜਿੱਤੀ ਹੈ।